ਵਾਲਾਂ ਦੇ ਵਿੱਚ ਰਹਿੰਦੀ ਹੈ ਇੱਕ ਤੇ ਹੁਣ ਤਾਂ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਰਣਵੀਰ ਸਿੰਘ ਰਾਣਾ ਅਕਸਰ ਪੰਜਾਬ ਪੁਲਿਸ ਸਵਾਲਾਂ ਦੇ ਵਿੱਚ ਰਹਿੰਦੀ ਹੈ ਇੱਕ ਤੇ ਹੁਣ ਤਾਜ਼ਾ ਵੀਡੀਓ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਕੁਝ ਨੌਜਵਾਨ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨਾਲ ਬਹਿਸ ਕਰਦੇ ਦਿਖਾਈ ਦੇ ਰਹੇ ਨੇ ਦਰਅਸਲ ਇੱਕ ਗੱਡੀ ਨੂੰ ਰੋਕਿਆ ਗਿਆ ਪੁਲਿਸ ਨਾਕੇ ਤੇ ਤਾਂ ਜਿਸ ਦੌਰਾਨ ਇਹ ਕਿਹਾ ਗਿਆ ਕਿ ਇਹਨਾਂ ਨੌਜਵਾਨਾਂ ਨੇ ਸੀਟ ਬੈਲਟ ਨਹੀਂ ਸੀ ਲਾਈ ਹੋਈ ਜਿਸ ਤੋਂ ਬਾਅਦ ਸੀਟ ਬੈਲਟ ਦੀ ਬਜਾਏ ਚਲਾਨ ਕਰਨ ਦੀ ਬਜਾਏ ਉਹਨਾਂ ਦੀ ਵੈਲਫੇਅਰ ਦੀ ਪਰਸ 500 ਰੁਪਏ ਦੀ ਜਿਹੜੀ ਪਰਚੀ ਹੈ ਉਹ ਕੱਟ ਦਿੱਤੀ ਗਈ ਪਰ ਜਿਹੜੇ ਨੌਜਵਾਨ ਨੇ ਉਹ ਇਹ ਕਹਿ ਰਹੇ ਨੇ ਕਿ ਸਾਡੀ ਪਰਚੀ ਕਿਉਂ ਕੱਟੀ ਦੂਜੇ ਪਾਸੇ ਪੁਲਿਸ ਕਹਿ ਰਹੀ ਹੈ ਕਿ ਜੇ ਤੁਸੀਂ ਇਹ ਪਰਚੀ ਕਟਾਈ ਹੈ ਤਾਂ ਤੁਹਾਨੂੰ ਰਸਤੇ 'ਚ ਕੋਈ ਨਹੀਂ ਰੋਕੂਗਾ ਭਾਵ ਕਿ 500 ਰੁਪਏ ਦੀ ਪਰਚੀ ਕਟਾਓ ਤਾਂ ਰਾਹ 'ਚ ਤੁਹਾਨੂੰ ਕੋਈ ਵੀ ਹੋਰ ਪੁਲਿਸ ਵਾਲਾ ਨਹੀਂ ਰੋਕੂਗਾ ਪਰ ਸਵਾਲ ਇਹ ਹੈ ਕਿ ਜੇ ਸੀਟ ਬੈਲਟ ਨਹੀਂ ਲਾਈ ਤਾਂ ਚਲਾਨ ਸੀਟ ਬੈਲਟ ਦਾ ਹੋਣਾ ਚਾਹੀਦਾ ਸੀ ਜਾਂ 500 ਰੁਪਏ ਦੀ ਜਿਹੜੀ ਕੋਵਿਡ ਦੀ ਪਰਚੀ ਹੈ ਉਹ ਕੱਟੀ ਜਾਣੀ ਚਾਹੀਦੀ ਸੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਨੌਜਵਾਨਾਂ ਨੂੰ ਪੁਲਿਸ ਵਾਲੇ ਸਮਝਾ ਰਹੇ ਨੇ ਕਿ ਤੁਹਾਡਾ ਅਸੀਂ ਫਾਇਦਾ ਕੀਤਾ ਜੇ ਸੀਟ ਬੈਲਟ ਦਾ ਚਲਾਨ ਹੁੰਦਾ ਤਾਂ ਤੁਸੀਂ ਜਾ ਕੇ ਅਦਾਲਤ ਦੇ ਵਿੱਚ ਭੁਗਤਦੇ ਤੁਹਾਡਾ ਸਮਾਂ ਵਿਅਰਥ ਹੁੰਦਾ ਤੁਹਾਡਾ ਟਾਈਮ ਵਿਅਰਥ ਹੁੰਦਾ ਤੁਹਾਡੇ ਪੈਸੇ ਵੀ ਜ਼ਿਆਦਾ ਲੱਗਦੇ ਤੁਹਾਨੂੰ ਜੁਰਮਾਨਾ ਵੀ ਹੁੰਦਾ ਪਰ ਹੁਣ ਅਸੀਂ ਤੁਹਾਡਾ ਬਚਾਅ ਕਰ ਦਿੱਤਾ ਅਤੇ ਅੱਗੇ ਤੁਹਾਨੂੰ ਕੋਈ ਨਹੀਂ ਰੋਕੂਗਾ ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਹਾਂਜੀ ਉਹ ਤਾਂ ਪਰ ਹੋਵੇ ਜੇ ਸਾਡੀ ਗਲਤੀ ਹੋਊਗੀ ਉਹ ਜਿਹੜਾ ਫਰਜ਼ ਉਹ ਹੀ ਆ ਇਹਨੇ ਪੰਜਾਬ ਨਾ ਨਾ ਮੇਰਾ ਵੀ ਪਲੀਜ਼ ਯਾਰ ਤੇਰੇ ਯਾਰ ਮੇਰਾ ਵੀ ਦੇ ਦੇ ਪਲੀਜ਼ ਦੇ ਦੇ ਬੇਟਾ ਤੇਰੇ ਯਾਰ ਦੇ ਦੇ ਮੇਰਾ ਮੈਂ ਦੱਸੋ ਕਿਹੜੇ ਖਾਤੇ ਪਾ ਦੇ ਦਿਆ ਦੇ ਮੇਰਾ ਵੀਰ ਯਾਰ ਪਲੀਜ਼ ਦੇ ਦੇ ਮੇਰਾ ਕੋਈ ਆ ਕੁਛ ਨਹੀਂ ਦਾ ਜੀ ਆ ਵੀ ਪਰਚੀ ਭਰ ਕੇ ਦਿੱਤੀ ਆ ਇਹ ਹੈਗੀ ਕੋਵਿਡ ਵਾਲੀ ਹੈ ਨਾ ਤੁਸੀਂ ਸਾਡਾ ਚਲਾਨ ਕੱਟ ਰਹੇ ਸਾਡੇ ਦੋਵਾਂ ਦੇ ਗਾੜੀ ਬੈਲਟਾਂ ਲੱਗੀਆਂ ਵੀਰਾਂ ਦੇ ਸਾਡੇ ਮਾਸਕ ਵੀ ਪਾਏ ਪਏ ਦੋਵਾਂ ਦੇ ਸਾਡਾ ਬੈਕ ਸਾਈਡ ਵਾਲੇ ਮੁੰਡਾ ਬੈਠਾ ਉਹਦੇ ਮਾਸਕ ਪਾਇਆ ਸਰ ਚਲ ਉਹ ਇੱਦਾਂ ਭਾਅ ਜੀ ਮਰੀਜ਼ ਬੰਦਾ ਲੱਤ ਟੁੱਟੀ ਉਹਦੀ ਹੈ ਨਾ ਲੱਤ ਟੁੱਟੀ ਉਹਦਾ ਇਲਾਜ ਕਰਾਉਣ ਆਏ ਹਾਂ ਉਹਦੇ ਬੈਲਟ ਨਹੀਂ ਲੱਗੀ ਉਹ ਲੰਮਾ ਪੈ ਗਿਆ ਪਿੱਛੇ ਲੰਮੇ ਨਹੀਂ ਪੈ ਗਿਆ ਉਤਰੇ ਆ ਨਾ ਬਾਹਰ ਸਾਡੇ ਬੈਲਟਾਂ ਲੱਗੀਆਂ ਨਾ ਦੋਵਾਂ ਨੇ ਲੱਗੀਆਂ ਗਾੜੀ ਲੱਗੀਆਂ ਪਈਆਂ ਬਤੌਰ ਸੀਟ ਬੈਲਟ ਫਰੰਟ ਰੀਅਰ ਅੱਗੇ ਪਿੱਛੇ ਠੀਕ ਹੈ ਕੋਈ ਗੱਲ ਨੀ ਭਲਾ ਹੀ ਕਰ ਦਿੱਤਾ ਇਹਦੇ ਚ ਜੇ ਮੈਂ ਆਹ ਕਰਦਾ ਆਰਥਿਕ ਮੰਦਰ ਤਿੰਨ ਸੱਤ ਮੰਦਰ ਦਿੱਤਾ ਜਾਂਦਾ ਇਹਨੂੰ ਬੰਦ ਕਰ ਪੰਜ ਸੌ ਰੁਪਈਆ ਪਰਚੀ ਲੈ ਕੇ ਆਰਸੀ ਮਿਲੀ ਪੇਪਰ ਪੂਰੇ ਹੋਣ ਦੇ ਬਾਵਜੂਦ ਸਾਰਾ ਕੁਝ ਪੂਰਾ ਮਾਸਕ ਲੱਗੇ ਬੈਲਟਾਂ ਲੱਗੀਆਂ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਤੁਸੀਂ ਸਾਡਾ ਬਹੁਤ ਸਵਾਗਤ ਹੈ ਜੀ ਢੱਕਣੀ ਪੈਣੀ ਕਿੱਥੋਂ ਤੁਸੀਂ ਇਹ ਤਾਂ ਕਪੂਰਥਲੇ ਆ ਜਾਣਾ ਸੀ ਹਾਂਜੀ ਭੁਗਤਨ ਮੁੜ ਕੇ ਨਹੀਂ ਸੁਣ ਜਾ ਚੱਲ ਠੀਕ ਆ ਆ ਨਹੀਂ ਤੁਹਾਡਾ ਤੁਸੀਂ ਆ ਭਰਾ ਦੋ ਪਰਚੀ ਮਾੜੀ ਨਿੱਕੀ ਜੀ ਪਰਚੀ ਲੈ ਜਾਓ ਠੀਕ ਨੀ ਕੋਈ ਰਸਤੇ ਤੇ ਰੋਕੇਗਾ ਨੀ ਬੇਟਾ ਰੋਕੇਗਾ ਨੀ ਫਰਜੀ ਕੋਵਿਡ ਦੀ ਭਰਤੀ ਸੀਟ ਸੀਟ ਬੈਲਟ ਦਾ ਚਲਾਨ ਕਰਨ ਦੇ ਤੇ ਪਰਚੀ ਭਰਤੀ ਕੋਵਿਡ ਦੀ ਕਾਕਾ ਸੀਟ ਬੈਲਟ ਦਾ ਤੇਰਾ ਮਹਿੰਗਾ ਹੀ ਉੱਥੇ ਜਾਣਾ ਪੈਣਾ ਕੋਰਟ 'ਚ ਠੀਕ ਨੇ ਤੇਰਾ ਭਲਾ ਨਹੀਂ ਕੀਤਾ ਤੈਨੂੰ ਇੱਥੇ 500 ਦੀ ਪਰਚੀ ਭਰ ਕੇ ਦੇਤੀ ਫਿਰ ਤਾਂ ਭਲਾ ਨਹੀਂ ਕੀਤਾ ਆਰਸੀ ਦਾ ਖਲਾ ਦੂਜਾ ਕਰਦਾ ਕੋਰਟ 'ਚ ਜਾਣਾ ਪਏਗਾ ਆਣੇ ਪਏਗਾ ਮੁੜ ਕੇ ਆਰਸੀ ਦਾ ਮਿਲੀ ਸੁਣ ਯਾਰ ਤੁਸੀਂ ਗਾਲਾਂ ਕਰਨੀ ਆ ਤੂੰ ਬਣਾਈ ਜਾ ਫਿਲਮ ਬਣਾਈ ਜਾ ਗਾਲਾਂ ਤੁਹਾਡੀ ਬਣਾਉਂਦੇ ਆ ਆਪਾਂ ਰਾਈਟ ਜੋ ਆਪਾਂ ਗੱਲਬਾਤ ਕਰਦੇ ਆ ਆਪਾਂ ਭਾਜੀ ਉਹਦੀ ਬਣਾਉਂਦੇ ਨਾ ਤੁਸੀਂ ਮੈਨੂੰ ਗਾਲ ਕੱਢੀ ਨਾ ਮੈਂ ਤੁਹਾਨੂੰ ਬਣਾ ਲਓ ਭਲਾ ਕੀਤਾ ਬਣਾ ਲਾ ਨਹੀਂ ਚਲਾਨ ਸਾਡਾ ਹੋ ਗਿਆ ਪਾਤੀ ਸਾਡੇ ਕੋਲ ਆ ਨਹੀਂ ਹੁਣ ਤੁਸੀਂ ਕਹਿਣ ਦਾ ਉਹਦਾ ਕਰਨਾ ਉਹਦਾ ਨਹੀਂ 500 ਰੁਪਿਆ ਦੇ ਉਹਦਾ ਕਿਆ ਪਾਤੀ ਕਾ ਤੋਂ ਕੱਟੀ ਤੇ ਜੇ ਮੈਂ ਆਹ ਵਾਲੀ ਕੱਟਦਾ ਚੰਗੀ ਤਰ੍ਹਾਂ ਬਣਾ ਇੱਧਰ ਕਰ ਹਾਂਜੀ ਆਹ ਵਾਲਾ ਕੱਟਦਾ ਮੈਨੂੰ ਕੋਰਟ 'ਚ ਜਾਣਾ ਪੈਣਾ ਸੀ ਬੇਟਾ ਤੈਨੂੰ ਇੱਕ ਉਹੀ ਮੈਂ ਕਹਿ ਰਿਹਾ ਉਹਦੇ ਕਿੰਨੇ ਚਾਰਜਸ ਆ ਬਈ ਇਹਦਾ ਬੇਟਾ ਪੈਣਾ ਸੀ 1000 ਰੁਪਇਆ
ਕੋਈ ਚੱਕਰ ਨਹੀਂ ਹੈ ਨਾ ਹਜ਼ਾਰ ਰੁਪਇਆ ਕੋਰਟ 'ਚ ਜਾਣਾ ਪੈਣਾ ਸੀ ਤੁਸੀਂ ਕਪੂਰਥਲੇ ਆਉਣਾ ਸੀ ਤੁਹਾਡਾ ਤੇਲ ਲੱਗਣਾ ਸੀ ਖਰਚਾ ਇਸ ਕਰਕੇ ਭਲਾ ਕੀਤਾ ਤੁਹਾਡਾ ਵੀ ਆਹ 500 ਦੀ ਕਟਾ ਕੇ ਅਤੇ ਚੱਲ ਜਾਓ ਤੁਹਾਨੂੰ ਕੋਈ ਰਸਤੇ 'ਚ ਪ੍ਰੋਬਲਮ ਨਹੀਂ ਆਏਗੀ ਹਾਂਜੀ ਪ੍ਰੋਬਲਮ ਦੀ ਭਾਅ ਜੀ ਗੱਲ ਨਹੀਂ ਪੇਪਰ ਤੁਹਾਡੇ ਪੂਰੇ ਸਾਨੂੰ ਪ੍ਰੋਬਲਮ ਕਿਹੜੀ ਆਉਣ ਲੱਗੀ ਜਿਹੜੀ ਕੋਵਿਡ ਦੀ ਪਰਚੀ ਨਾਲ ਪ੍ਰੋਬਲਮ ਆਉਂਦੀ ਰਾਜ ਲੈਣ ਨਾ ਜੇ ਭਾਜੀ ਸੁਲਤਾਨਪੁਰੋਂ ਪਰਚੀ ਕਟਾ ਕੇ ਤੁਰਿਆ ਕਰੀਏ ਸਾਨੂੰ ਕੋਈ ਰਾਹ ਚ ਪ੍ਰੋਬਲਮ ਨਾ ਆਵੇ ਪਹਿਲਾਂ ਇਹ ਆਪਾਂ ਭਾਜੀ ਅਲਾਊਡ ਕਰ ਦਈਏ ਆਪਾਂ ਬੇਟਾ ਜਦੋਂ ਰੂਲ ਮੁਤਾਬਕ ਆਪਾਂ ਚੱਲਣਾ ਨਾ ਜਦੋਂ ਆਪਾਂ ਸੀਟ ਬੈਲੇ ਹੁਣ ਸੁਣੋ ਹਾਂਜੀ ਹਾਂਜੀ ਬੰਦੇ ਜਲੰਧਰ ਬੈਠੇ ਆ ਇਸ ਟਾਈਮ ਅਸੀਂ ਹੈਗੇ ਗੁਰੂ ਅਮਰਦਾਸ ਸਿੰਘ ਜੀ ਕਿਉਂਕਿ ਮੁਲਾਜ਼ਮ ਸਾਹਿਬ ਦਾ ਕਹਿਣਾ ਵੀ ਆਹ ਪਰਚੀ ਲੈ ਕੇ ਨਾ ਇਹ ਕੋਈ ਜਲੰਧਰ ਵਿੱਚ ਪ੍ਰੋਬਲਮ ਨਹੀਂ ਆਉਂਦੀ ਜੇ ਤੁਸੀਂ ਇਹ ਮੰਨ ਲਓ ਪਰਚੀ ਨਹੀਂ ਲਈ ਤਾਂ ਤੁਹਾਨੂੰ ਪ੍ਰੋਬਲਮ ਆਉਣੀ ਹੈ ਵੀ ਸਾਨੂੰ ਦੱਸ ਦਿਉ ਅਸੀਂ ਇਹ ਪਰਚੀ ਮੰਨ ਲਓ ਪਹਿਲਾਂ ਲੈ ਕੇ ਆਈਏ ਸੁਲਤਾਨਪੁਰ ਤੋਂ ਲਿਆ ਹੀ ਇਹ ਕਟਾ ਕੇ 500 ਰੁਪਏ ਤੋਂ ਮੰਨ ਲਓ ਇਹ ਤੋਂ ਬਿਨਾਂ ਪ੍ਰੋਬਲਮ ਆਉਂਦੀ ਹੈ ਸਾਡੇ ਬੈਕ ਸਾਈਡ 'ਤੇ ਵੀਰ ਬੈਠਾ ਲੱਤ ਟੁੱਟੀ ਇਲਾਜ ਕਰਾਉਣ ਚੱਲੇ ਸੀ ਉਹ ਪਿੱਛੋਂ ਲੰਮਾ ਪੈ ਗਿਆ ਹੈ ਜੀ ਅਤੇ ਉਹਦੇ ਬੈਲਟ ਨਹੀਂ ਲੱਗੀ ਪਈ ਬੈਕ ਸਾਈਡ 'ਤੇ ਲੰਮਾ ਬੰਦਾ ਲੰਮਾ ਪਿਆ ਬੈਲਟ ਕਿੱਦਾਂ ਲਾ ਲੂਗਾ ਸਾਡੇ ਦੋਵਾਂ ਦੇ ਬੈਲਟਾਂ ਲੱਗੀਆਂ ਮਾਸਕ ਲੱਗੇ ਉਹਦੇ ਵੀ ਮਾਸਕ ਲੱਗਾ ਪਿਆ ਇਹ ਸਰਾ ਸਿਰ ਧੱਕਾ ਹੋ ਰਿਹਾ 500 ਦੀ ਪਰਚੀ ਆ ਜੀ 500 ਦੀ ਕੋਈ ਗੱਲ ਨਹੀਂ ਭਾਵੇਂ 1000 ਦੀ ਹੋ ਜਾਵੇ ਉਹ ਕੋਈ ਮਸਲਾ ਨਹੀਂ ਆ ਰਾਈਟ ਆ ਬੰਦੇ ਦਾ ਉਹ ਰਾਈਟ ਹੋਣਾ ਚਾਹੀਦਾ ਜੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਬੀਰ ਸਿੰਘ ਰਾਣਾ ਅਕਸਰ ਪੰਜਾਬ ਪੁਲਿਸ ਸਵਾਲਾਂ ਦੇ ਵਿੱਚ ਰਹਿੰਦੀ ਹੈ ਤੇ ਹੁਣ ਤਾਜ਼ਾ ਵੀਡੀਓ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਕੁਝ ਨੌਜਵਾਨ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨਾਲ ਬਹਿਸ ਕਰਦੇ ਦਿਖਾਈ ਦੇ ਰਹੇ ਨੇ ਦਰਅਸਲ ਇੱਕ ਗੱਡੀ ਨੂੰ ਰੋਕਿਆ ਗਿਆ ਪੁਲਿਸ ਨਾਕੇ 'ਤੇ ਤਾਂ ਜਿਸ ਦੌਰਾਨ ਇਹ ਕਿਹਾ ਗਿਆ ਕਿ ਇਹਨਾਂ ਨੌਜਵਾਨਾਂ